ਰੰਗਾ ਸ਼ਿੰਗਾਰ ਧੀਆਂ ਦਾ ਇਹ ਵੰਗਾ ਨੇ ਦਾਤੀਆਂ ਦਾ ਇਹ ਵੰਗਾ ਸ਼ਿੰਗਾਰ ਧੀਆਂ ਦਾ ਇਹ ਵੰਗਾ ਨੇ ਦਾਤੀਆਂ ਦਾ ਵਿੱਚ ਸ਼ਗਨਾ ਦੇ ਚਾਈ ਚਾਈ ਵਿੱਚ ਸ਼ਗਨਾ ਦੇ ਚਾਈ ਚਾਈ ਮੈਂ ਬਾਬਲ ਤੋਂ ਧੇਲੇ ਦੀ ਗੱਲ ਕਰਨੀ ਉਹਨਾਂ ਨਾਲ ਕਿੰਨਾ ਕੁ ਦੇ ਰਹੇ ਹੈ ਉਹ ਨਹੀਂ ਗੱਲ ਤੇ ਨਹੀਂ ਕੀਤੀ ਜੀ ਬਸ ਮਾੜਾ ਜਿਹਾ ਇਸ਼ਾਰਾ ਕੀਤਾ ਸੀ ਕਹਿੰਦੇ ਇਸ਼ਾਰਾ ਕੀਤਾ ਇਹ ਬੜੇ ਭੋਲੇ ਇਨਸਾਨ ਕੋਲੀ ਸਭ ਤੁਸੀਂ ਤਾਂ ਇਹ ਜੇ ਕੰਮ ਇਸ਼ਾਰਿਆਂ ਸ਼ੂਰਿਆਂ ਨਾਲ ਨਹੀਂ ਹੁੰਦੇ ਸਿੱਧੀ ਗੱਲ ਕਰਨੀ ਚਾਹੀਦੀ ਹੈ ਸਿੱਧੀ ਦੇਖੋ ਜੀ ਤੁਸੀਂ ਸਿੱਧੀ ਗੱਲ ਕਰੋ ਉਹਨਾਂ ਨਾਲ 20-25 ਲੱਖ ਰੁਪਇਆ ਤਾਂ ਉਹ ਚੱਕੀ ਫਿਰ ਰਹੇ ਸੀਗੇ ਪਤਾ ਨੀ ਇਸ ਟਾਈਮ ਕਿਹਦਾ ਆ ਗਿਆ ਅੱਛਾ ਪਤਾ ਨੀ ਕਿਹਦਾ ਫੋਨ ਹੈ ਮਾੜਾ ਇੱਕ ਕਰ ਲੈ ਗੱਲ ਤੂੰ ਕੀ ਦੰਦ ਕੱਢੀ ਜਾਂਦੀ ਹੁਣ ਚਲ ਉੱਠ ਤੁਰ ਉੱਠ ਕੇ ਹੈਲੋ ਕੱਟ ਤਾ ਹਿੰਮਤ ਕਿੱਦਾਂ ਹੋਈ ਫੋਨ ਕੱਟਣ ਦੀ ਛੇਤੀ ਕਰ ਛੇਤੀ ਕਰ ਹਾਂ ਹੈਲੋ ਆਹ ਵੇਲਾ ਕੱਟ ਗਿਆ ਸੀ ਤੁਸੀਂ ਜੋ ਵੀ ਗੱਲ ਕਰਨੀ ਹੈ ਬੇਝਿਜਕ ਹੋ ਕੇ ਕਹੋ ਆਪਾਂ ਰਿਸ਼ਤੇਦਾਰ ਬਣ ਜਾ ਰਹੇ ਹਾਂ ਗੱਲ ਇਸ ਤਰ੍ਹਾਂ ਸੀ ਕਿ ਕੱਲ ਹੀ ਨਵਾਂ ਸ਼ਹਿਰ ਤੋਂ ਸਾਨੂੰ ਫੋਨ ਆਇਆ ਸੀ ਇੱਕ ਕੁੜੀ ਦਾ ਪਿਓ ਬੋਲ ਰਿਹਾ ਸੀ ਕਹਿੰਦਾ ਜੀ ਆਪਣੇ ਕਰਨ ਪੁੱਤਰ ਦਾ ਵਿਆਹ ਸਾਡੀ ਧੀ ਦੇ ਨਾਲ ਕਰ ਦਿਓ ਤੇ ਜਿੰਨੇ ਮਰਜ਼ੀ ਪੈਸੇ ਲੈ ਕੋਹਲੀ ਸਾਹਿਬ ਤੁਸੀਂ ਹੋ NRI ਤੁਹਾਡਾ ਮੁੰਡਾ ਬਾਹਰਲੇ ਮੁਲਕ 'ਚ ਰਹਿੰਦਾ ਬਈ ਅੱਧਾ ਪੰਜਾਬ ਆਪਣੀਆਂ ਕੁੜੀਆਂ ਲੈ ਕੇ NRI ਲੋਕਾਂ ਦੇ ਮਗਰ ਭੱਜਿਆ ਫਿਰਦਾ ਕਿ ਸਾਡੀਆਂ ਕੁੜੀਆਂ ਨੂੰ ਪਹਿਲਾਂ ਪਸੰਦ ਕਰ ਲਓ ਪਤਾ ਨਹੀਂ ਕੀ ਹੋਏ ਲੋਕਾਂ ਨੂੰ ਸਾਰੇ ਲੋਕ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ 'ਚ ਭੇਜਣਾ ਚਾਹੁੰਦੇ ਨੇ ਬਸ ਇੱਕ ਗੱਲ ਹੋਰ ਭਾਈ ਸਾਹਿਬ ਉਹ ਤਾਂ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਸਾਡੀ ਕੁੜੀ ਦੇ ਪੇਪਰ ਪੱਕੇ ਕਰਾ ਦਿਓ ਫਿਰ ਚਾਹੇ ਤਲਾਕ ਦੇ ਦਿਓ ਆ ਦੇਖ ਲਓ ਭੈਣ ਜੀ ਕਿਆ ਦਿਮਾਗ ਖਰਾਬ ਹੋਇਆ ਲੋਕਾਂ ਦਾ ਹੈ ਇਹ ਪਰਵਾਹ ਨਹੀਂ ਲੋਕਾਂ ਨੂੰ ਕਿ ਸਾਡੀਆਂ ਕੁੜੀਆਂ ਦੀਆਂ ਜ਼ਿੰਦਗੀਆਂ ਦਾ ਕੀ ਬਣੂਗਾ ਬਸ ਇਸ ਗੱਲ ਦਾ ਰੌਲਾ ਕਿ ਪੇਪਰ ਪੱਕੇ ਹੋਣ ਕਿ ਨਹੀਂ ਠੀਕ ਹੈ ਪਰ ਜਿਹੜਾ ਨਾ ਕਰਨ ਕਰਕੇ ਸਾਨੂੰ
25-30 ਲੱਖ ਦਾ ਲਾਸ ਹੋ ਰਿਹਾ, ਉਹਦਾ ਕੀ ਹੋਏਗਾ ਜੀ? ਫਿਕਰ ਨਾ ਕਰੋ ਜੀ, ਨਾ ਤੇ ਅਸੀਂ ਉਹਨਾਂ ਨੂੰ ਉਸ ਤੋਂ ਹੀ ਕਰ ਦਿੱਤੀ ਸੀ। ਅਸੀਂ ਤਾਂ ਕਿਹਾ ਪੈਸੇ ਕੀ ਚੀਜ਼ ਹੁੰਦੇ ਨੇ, ਰਿਸ਼ਤੇ ਤਾਂ ਚੀਜ਼ ਨੇ। ਬੜੀ ਉੱਚੀ ਸੋਚ ਹੈ ਜੀ ਤੁਹਾਡੀ। ਦੇਖੋ ਜੀ, ਅਸੀਂ ਤਾਂ ਸਾਫ਼ ਕਹਿ ਦਿੱਤਾ ਕਿ ਅਸੀਂ ਤੇ ਰਿਸ਼ਤਿਆਂ ਨੂੰ ਤਰਜੀਹ ਦਿੰਦੇ ਹਾਂ। ਵੈਸੇ ਵੀ ਜਿਹੜਾ ਆਪਣੀ ਧੀ ਦਾ ਵਿਆਹ ਕਰਨ ਦੇ ਨਾ ਕਰੇਗਾ, ਉਹ ਆਪੇ ਆਪਣੀ ਧੀ ਨੂੰ ਕੁਝ ਨਾ ਕੁਝ ਤਾਂ ਦੇਗਾ ਹੀ ਨਾ। ਵੈਸੇ ਵੀ NRI ਦੇ ਮੁੰਡਿਆਂ ਨੂੰ ਬਥੇਰਾ ਦਿੰਦੇ ਨੇ। ਪੁਲਿਸ ਸਾਹਿਬ, ਮੈਂ ਤੁਹਾਡੀ ਗੱਲ ਨਹੀਂ ਸਮਝਿਆ। ਸਮਝੇ ਸਮਝਾਉਣ ਵਾਲੀ ਕਿਹੜੀ ਗੱਲ ਹੈ ਧਰਮ ਸਿੰਘ? ਦੇਖੋ ਧਰਮ ਸਿੰਘ ਜੀ, ਪੁੱਖ ਦੀ ਗੱਲ ਇਹ ਹੈ ਕਿ ਫਰਜ਼ੀ ਵਿਆਹ ਦਾ ਸਾਨੂੰ 25 ਲੱਖ ਰੁਪਇਆ ਮਿਲਿਆ। ਕਰਨ ਦਾ ਤਾਂ ਅਸੀਂ ਹੁਣ ਪ੍ਰੀਤ ਦੇ ਨਾਲ ਪੱਕਾ ਵਿਆਹ ਕਰ ਰਹੇ ਹਾਂ। ਤੁਸੀਂ ਤਾਂ ਦਹੇਜ ਦਿਓਗੇ ਨਾ? ਦਹੇਜ ਮਤਲਬ ਤੁਸੀਂ ਕੈਸ਼ ਤਾਂ ਦਿਓਗੇ ਨਾ ਨਾਲ? ਹਾਂ ਧਰਮ ਸਿੰਘ ਜੀ, ਕੈਸ਼ ਤੁਸੀਂ ਦੇਣਾ ਤਾਂ ਹੈ ਹੀ ਹੈ, ਤੇ ਪਹਿਲੇ ਦੱਸ ਦਿਓ। ਵੈਸੇ ਤੁਸੀਂ ਦਹੇਜ ਵਿੱਚ ਨਾ ਸਮਾਨ ਨਾ ਦੇਣਾ, ਸਮਾਨ ਤਾਂ ਅਸੀਂ ਲੈ ਜਾ ਨਹੀਂ ਸਕਦੇ। ਤੁਸੀਂ ਆਪਣੀ ਧੀ ਨੂੰ ਨਾ ਕੈਸ਼ ਹੀ ਦੇ ਦੇਣਾ, ਉੱਥੇ ਜਾ ਕੇ ਦੇਖ ਲਵਾਂਗੇ ਕੀ ਲੈਣਾ ਹੈ ਤੇ ਕੀ ਨਹੀਂ। ਪੁਲਿਸ ਸਾਹਿਬ, ਤੁਸੀਂ ਦੱਸੋ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ? ਵੀ ਮੈਂ ਤਾਂ ਪਹਿਲਾਂ ਦੱਸਿਆ ਕਿ ਸਾਨੂੰ 30 ਲੱਖ ਰੁਪਇਆ ਪਹਿਲਾਂ ਮਿਲ ਰਹੇ ਨੇ, ਤੁਸੀਂ ਅਖੀਰ ਇਸ ਤੋਂ ਜ਼ਿਆਦਾ ਹੀ ਦਿਓਗੇ। ਪਰ ਕੁਲੀ ਸਾਹਿਬ, ਮੈਂ ਕਹਿ ਰਿਹਾ ਸੀ। ਦੇਖੋ ਧਰਮ ਸਿੰਘ ਜੀ, ਪਰੇਸ਼ਾਨ ਹੋਣ ਵਾਲੀ ਕੋਈ ਗੱਲ, ਤੁਸੀਂ ਸੋਚ ਸਮਝ ਕੇ ਮੈਨੂੰ ਦੱਸ ਦਿਓ, ਪਰ ਸੋਚਣ ਵਿੱਚ ਜ਼ਿਆਦਾ ਟਾਈਮ ਨਾ ਲਿਓ। ਜੇ ਸਾਡੀ ਗੱਲ ਨਹੀਂ ਪੁੱਗਦੀ ਤਾਂ ਮੈਨੂੰ ਦੱਸ ਦਿਓ, ਮੈਂ ਕਰਨ ਨੂੰ ਉੱਥੇ ਹੀ ਰੋਕ ਦਿਆਂ, ਉਹ ਕੈਨੇਡਾ ਤੋਂ ਆਵੇਗਾ ਹੀ ਨਹੀਂ। ਨਹੀਂ ਨਹੀਂ ਕੁਲੀ ਸਾਹਿਬ, ਉਹਨੂੰ ਮਨਾ ਨਾ ਕਰਿਓ, ਮੈਂ ਕਰਦਾ ਕੁਛ ਨਾ ਕੁਛ। ਮੈਂ ਤੁਹਾਨੂੰ ਦੁਬਾਰਾ ਛੇਤੀ ਮਿਲ ਜਾਂਦਾ। ਠੀਕ ਹੈ, ਪੁੱਗਦੀ ਗੱਲ ਇਹ ਹੈ, ਪੁੱਗਦੀ ਗੱਲ ਇਹ ਹੈ, ਪੁੱਗਦੀ ਗੱਲ ਫਰਜ਼ੀ ਵਿਆਹ ਦਾ ਸਾਨੂੰ 25 ਲੱਖ ਦਾ ਵਿਆਹ ਦਾ ਸਾਨੂੰ 25 ਲੱਖ ਦਾ ਵਿਆਹ ਦਾ ਸਾਨੂੰ 25 ਲੱਖ ਦਾ ਵਿਆਹ ਦਾ। ਹਾਂ ਧਰਮ ਸਿੰਘ ਜੀ, ਕੈਸ਼। ਹਾਂ ਧਰਮ ਸਿੰਘ ਜੀ, ਕੈਸ਼ ਤੁਸੀਂ ਦੇਣਾ ਤਾਂ ਹੈ ਹੀ ਹੈ, ਤੁਸੀਂ ਦੇਣਾ ਤਾਂ ਹੈ ਹੀ ਹੈ, ਤੇ ਪਹਿਲੇ ਦੱਸ ਦਿਓ, ਤੇ ਪਹਿਲੇ ਦੱਸ ਦਿਓ, ਤੇ ਪਹਿਲੇ ਦੱਸ ਦਿਓ। ਮੈਂ ਕਰਨ ਨੂੰ ਉੱਥੇ ਹੀ ਰੋਕ ਦਿਆਂ, ਮੈਂ ਕਰਨ ਨੂੰ ਉੱਥੇ ਹੀ ਰੋਕ ਦਿਆਂ, ਮੈਂ ਕਰਨ ਨੂੰ ਉੱਥੇ ਹੀ ਰੋਕ ਦਿਆਂ। ਵਿਆਹ ਕਰਨਾ NRI ਇੰਦਰ ਕੀ ਹੋਇਆ? ਇੰਦਰ ਸਿਰ ਦਰਦ ਕਰ ਰਿਹਾ? ਦਰਦ ਨਹੀਂ ਕਰ ਰਿਹਾ, ਫਟ ਰਿਹਾ ਯਾਰ। ਕੁਛ ਕਲਾਇੰਟ ਇੱਦਾਂ ਦੇ ਹੁੰਦੇ ਨੇ ਕਿ ਕੰਮ ਢਿੱਲ ਦਾ ਨਹੀਂ ਹੁੰਦਾ, ਲੱਖਾਂ ਦਾ ਦਿਮਾਗ ਖਾ ਜਾਂਦਾ। ਪਿੰਕੀ, ਕੋਈ ਪੇਨ ਕਿਲਰ ਹੈਗੀ ਤਾਂ ਦੇਵੀ। ਨਹੀਂ, ਮੈਂ ਤੁਹਾਡੇ ਸਿਰ ਦੀ ਤੇਲ ਮਾਲਿਸ਼ ਕਰ ਦਿੰਦੀ ਹਾਂ। ਯਾਰ, ਮਾਲਿਸ਼ ਨਾਲ ਵੀ ਕਦੇ ਸਿਰ ਦਰਦ ਠੀਕ ਹੋਇਆ? ਇੰਦਰ, ਸਗੋਂ ਇਹ ਤਾਂ ਨੈਚੁਰਲ ਤਰੀਕਾ। ਪੇਨ ਕਿਲਰ ਖਾਣ ਦੀ ਆਦਤ ਨਹੀਂ ਪਾਉਣੀ ਚਾਹੀਦੀ, ਚੰਗਾ ਨਹੀਂ ਹੁੰਦਾ। ਚਲੋ ਉੱਠੋ।
ਯਾਰ ਮੈਂ ਕਹਿਣਾ ਮੈਨੂੰ ਪਲੀਜ਼ ਇੱਕ ਗੋਲੀ ਲਿਆ ਦੇ, ਮੈਂ ਮਾਲਿਸ਼ ਵਾਲਿਸ਼ ਨਹੀਂ ਕਰਾਣੀ ਯਾਰ। ਮੈਂ ਕਹਿਣਾ ਤੁਸੀਂ ਉੱਠੋ, ਚਲੋ ਉੱਠੋ ਇੰਦਰ, ਮੈਂ ਹੁਣੀ ਤੇਲ ਲੈ ਕੇ ਆਉਂਦੀ ਹਾਂ। ਹਲੇ ਤੱਕ ਉੱਠੇ ਨੀ ਇੰਦਰ, ਉੱਠੋ ਉੱਠੋ, ਕੀ ਹੈ ਜਲਦੀ ਕਰੋ। ਅਜੀਬ ਜਿਹਾ ਯਾਰ, ਏਦਾਂ ਬੈਠੋ ਤੁਸੀਂ ਵੀ ਨਾ, ਬਸ ਅਜੀਬ ਜਿਹਾ ਜਿੱਦਾਂ ਲੈ ਕੇ ਬਹਿ ਜਾਂਦੇ ਆ। ਜਦੋਂ ਥਕਾਨ ਹੋਵੇ ਨਾ ਤਾਂ ਸਿਰ ਦਰਦ ਕਰਨ ਲੱਗ ਪੈਂਦਾ ਇਹਦਾ। ਹੁਣ ਤੁਸੀਂ ਵੇਖਣਾ ਸਾਰੀ ਥਕਾਨ ਦੂਰ ਹੋ ਜਾਣੀ ਹੈ ਤੁਹਾਡੀ ਤੇਲ ਮਾਲਿਸ਼ ਦੇ ਨਾਲ, ਉਹ ਵੀ ਥੋੜ੍ਹੀ ਦੇਰ 'ਚ। ਇਹ ਸਾਰੀਆਂ ਫਜ਼ੂਲ ਗੱਲਾਂ ਨੇ, ਮਾਲਿਸ਼ ਵਾਲਿਸ਼ ਨਾਲ ਕੋਈ ਫਰਕ ਨਹੀਂ ਪੈਂਦਾ। ਚਲ ਬਸ ਕਰ, ਮੈਂ ਚੁੱਪ ਹਾਂ ਨਾ, ਤੁਸੀਂ ਵੀ ਚੁੱਪ ਕਰਕੇ ਬੈਠੇ ਰਹੋ। ਵੀਰ ਦੇ ਵਿਆਹ ਦਾ ਅਲੱਗ ਬੋਝ ਆ ਤੁਹਾਨੂੰ, ਉਹਦਾ ਕਾਹਦਾ ਬੋਝ, ਉਹਦਾ ਤਾਂ ਵਿਆਹ ਪੱਕਾ ਹੋ ਗਿਆ। ਹਾਂ ਇਸੇ ਖੁਸ਼ੀ ਚ ਤਾਂ ਮੈਂ ਤੁਹਾਡੀ ਫ੍ਰੀ ਚ ਮਾਲਿਸ਼ ਕਰ ਰਹੀ ਹਾਂ। ਅੱਛਾ, ਨਹੀਂ ਤਾਂ ਮੇਰੇ ਤੋਂ ਪੈਸੇ ਲੈਣੇ। ਨਹੀਂ ਫਿਰ ਕੀ, ਕੁਛ ਵੀ ਨਹੀਂ। ਵੈਸੇ ਅੱਛਾ ਲੱਗ ਰਿਹਾ ਹੁਣ, ਆਰਾਮ ਆ ਰਿਹਾ ਹੈ ਨਾ? ਪਹਿਲਾਂ ਨਾਲੋਂ ਬੰਦ ਘੱਟ ਹੋ ਗਿਆ। ਥੋੜੀ ਦੇਰ ਤੱਕ ਗੱਲ ਵੀ ਹੋ ਜਾਣਾ। ਹਾਂਜੀ, ਵੈਸੇ ਤੈਨੂੰ ਮਾਲਿਸ਼ ਵਾਲੀ ਹੋਣੀ ਚਾਹੀਦੀ, ਮਿੰਟਾਂ ਵਿੱਚ ਦਰਦ ਗਾਇਬ ਕਰਦੇ ਆ। ਅੱਛਾ ਉਹ ਤਾਂ ਠੀਕ ਹੈ, ਪਰ ਮੇਰਾ ਦਰਦ ਕਿਵੇਂ ਗਾਇਬ ਹੋਏਗਾ? ਅੱਛਾ ਤੂੰ ਬੈਠ, ਮੈਂ ਤੇਰੀ ਸਿੱਧੀ ਮਾਲਿਸ਼ ਕਰ ਦਿੰਦਾ। ਇੰਦਰ ਮੇਰੇ ਸਿਰ ਵਿੱਚ ਨਹੀਂ ਦਿਲ 'ਚ ਦਰਦ ਹੈ। ਚੇਂਜ ਕਰਕੇ ਬਹੁਤ ਖੁਸ਼ੀ ਹੈ, ਪਰ ਨਾ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਮੈਂ ਕਰਨ ਵਾਲੀ ਗੱਲ ਤੁਹਾਡੇ ਕੋਲ ਕੋਈ। ਦੇਖ ਬੇਟਾ, ਸਵਾਲ ਤਾਂ ਮੇਰੇ ਮਨ ਵਿੱਚ ਵੀ ਕਈ ਵਾਰੀ ਆਇਆ ਸੀ, ਕਈ ਵਾਰੀ ਤੈਨੂੰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ, ਪਰ ਫਿਰ ਸੋਚਿਆ ਕਿ ਚਲੋ ਹੁਣ ਸਭ ਕੁਛ ਠੀਕ ਹੋ ਰਿਹਾ, ਫਿਰ ਕਿਉਂ ਗੱਲ ਛੇੜਨੀ। ਥੈਂਕ ਯੂ ਮੰਮੀ, ਪਰ ਓਨੈਸਟਲੀ ਮੈਨੂੰ ਬਹੁਤ ਅਫਸੋਸ ਰਹੇਗਾ ਕਿ ਕਰਨ ਬਾਰੇ ਮੈਂ ਤੁਹਾਨੂੰ ਆਪਣੇ ਮੂੰਹੋਂ ਨਹੀਂ ਦੱਸਿਆ। ਕੋਈ ਗੱਲ ਨਹੀਂ ਬੇਟਾ, ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਨਾ, ਬਸ ਹੁਣ ਤੂੰ ਭੁੱਲ ਜਾ ਸਭ ਕੁਛ। ਅਤੇ ਮੇਰੇ ਬਾਬੂ ਜੀ, ਉਹਨਾਂ ਬਾਰੇ ਮੈਂ ਕੀ ਕਹਾਂ, ਕਿੰਨਾ ਪਿਆਰ ਕਰਦੇ ਆ ਨਾ ਮੈਨੂੰ, ਮੇਰੀ ਖੁਸ਼ੀ ਲਈ ਉਹਨਾਂ ਨੇ ਆਪਣੀ ਸੋਚ ਤੱਕ ਬਦਲ ਲਈ। ਬੇਟਾ ਤੂੰ ਕੀ ਸੋਚੀ ਜਾਂਦੀ ਹੈ ਇਹ, ਤੂੰ ਬਸ ਆਪਣੇ ਵਿਆਹ ਦੀ ਤਿਆਰੀ ਕਰ। ਵਿਆਹ ਦੀ ਤਿਆਰੀ ਮੈਂ ਕਰਾਂ,
ਬਈ ਤੁਹਾਡੀ ਲਾਡਲੀ ਧੀ ਦਾ ਵਿਆਹ ਹੈ, ਆਪੀ ਕਰੋ ਤਿਆਰੀਆਂ। ਚੱਲ ਵੈਸੇ ਵੀ ਧਰਮ ਚਾਚਾ ਜੀ ਨੇ ਮੇਰੇ ਵਿਆਹ ਦੀ ਜ਼ਿੰਮੇਦਾਰੀ ਲਈ ਹੈ, ਉਹਨਾਂ ਨੂੰ ਫਿਕਰ ਕਰਨ ਦਿਓ, ਕਰਨਗੇ ਆਪੇ ਤਿਆਰੀਆਂ। ਕਿਉਂ ਚਾਚਾ ਜੀ? ਹਾਂ ਬਈ ਹਾਂ, ਤੇਰਾ ਵਿਆਹ ਤਾਂ ਪੁੱਤ ਮੈਂ ਜ਼ਰੂਰ ਕਰਾਉਂਗਾ, ਚਾਹੇ ਕੁਛ ਵੀ ਹੋਵੇ। ਲੈ ਹੁਣ ਕੀ ਹੋਣਾ, ਹੁਣ ਤਾਂ ਕਰਨ ਦੇ ਪੇਰੈਂਟਸ ਸਾਡਾ ਰੋਕਾ ਵੀ ਕਰ ਗਏ। ਵੈਸੇ ਹਾਂ, ਜੇ ਤੁਸੀਂ ਫਿਕਰ ਕਰਨੀ ਹੈ ਨਾ ਤੇ ਪੈਸਿਆਂ ਦੀ ਕਰੋ। ਪੈਸੇ ਦੀ? ਹੋਰ ਕੀ, ਓਏ ਪ੍ਰੀਤ ਦਾ ਵਿਆਹ ਹੈ, ਚੰਗਾ ਖਰਚਾ ਕਰਾਉਂਗੀ, ਤਿਆਰ ਹੋ ਜਾਓ ਬਸ। ਹਾਂ ਹਾਂ ਪੁੱਤਰ ਮੈਂ ਤਿਆਰ ਹਾਂ, ਤੇਰੀ ਖੁਸ਼ੀ ਤੋਂ ਵੱਧ ਕੇ ਹੋਰ ਕੀ ਹੋ ਸਕਦਾ, ਤੂੰ ਜਿੰਨਾ ਮਰਜ਼ੀ ਖਰਚਾ ਕਰਵਾ। ਵੇ ਧਰਮ ਸਿਆ, ਤੈਨੂੰ ਉਹਨਾਂ ਨੇ ਆਪਣੇ ਘਰੇ ਬੁਲਾਇਆ ਸੀ, ਕੀ ਗੱਲ ਕੀਤੀ ਉਹਨਾਂ ਨੇ? ਕੁਛ ਨੀ ਭਾਬੀ, ਉਹ ਤਾਂ ਬਸ ਵੈਸੇ ਹੀ ਬੁਲਾਇਆ ਸੀ। ਐਵੇਂ? ਪਰ ਕੋਈ ਤਾਂ ਗੱਲ ਕੀਤੀ ਹੋਣੀ ਹੈ। ਹਾਂ ਉਹ ਕਹਿੰਦੇ ਅਸਲ ਚ ਨਾ ਭਾਬੀ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਬਲਰਾਜ ਬਾਹਰਲੇ ਮੁੰਡਿਆਂ ਨੂੰ ਪਸੰਦ ਨਹੀਂ ਕਰਦਾ, ਬਸ ਇਸੇ ਕਰਕੇ ਬੁਲਾਇਆ। ਫਿਰ ਤੂੰ ਕੀ ਜਵਾਬ ਦਿੱਤਾ? ਲੈ ਮੈਂ ਕੀ ਜਵਾਬ ਦੇਣਾ, ਜੋ ਸੱਚ ਸੀ ਮੈਂ ਆਖ ਦਿੱਤਾ। ਮੈਂ ਕਿਹਾ ਬਈ ਬਲਰਾਜ ਦੇ ਦਿਮਾਗ ਵਿੱਚ ਹੁਣ ਇਹੋ ਜਿਹੀ ਕੋਈ ਗੱਲ ਨਹੀਂ ਹੈ, ਸਗੋਂ ਉਹ ਤਾਂ ਕਰਨ ਨੂੰ ਬਹੁਤ ਪਸੰਦ ਕਰਦਾ। ਫਿਰ ਦੇਖੀ ਮੇਰਾ ਜਵਾਬ ਸੁਣ ਕੇ ਉਹ ਸਾਰੇ ਖੁਸ਼ ਹੋ ਗਏ। ਸ਼ੁਕਰ ਹੈ ਮਾਤਾ ਰਾਣੀ ਦਾ। ਪ੍ਰੀਤ ਦੇ ਬਾਊ ਜੀ ਤਾਂ ਉਦੋਂ ਲਈ ਪਰੇਸ਼ਾਨ ਨੇ ਸਿਰਫ ਇਸ ਕਰਕੇ ਕਿ ਤੈਨੂੰ ਕਿਉਂ ਬੁਲਾਇਆ ਉਹਨਾਂ ਨੇ। ਬਾਬੇ ਬਲਰਾਜ ਵੀ ਨਾ ਬਸ ਐਵੇਂ ਫਿਕਰ ਕਰੀ ਜਾਂਦਾ। ਹੁੰਦਾ ਧਰਮ ਸਿਆ, ਫਿਕਰ ਤਾਂ ਹੁੰਦਾ ਹੀ। ਅੱਛਾ ਤੂੰ ਬੈਠ, ਮੈਂ ਇਹਨਾਂ ਨੂੰ ਬੁਲਾ ਕੇ ਲਿਆਉਂਦੀ ਹਾਂ, ਨਾਲੇ ਦੱਸ ਵੀ ਦਿਆ ਕਿ ਇਹੋ ਜਿਹੀ ਕੋਈ ਗੱਲ ਨਹੀਂ, ਐਵੇਂ ਪਰੇਸ਼ਾਨ ਹੋ ਰਹੇ ਨੇ। ਤੂੰ ਫਿਕਰ ਨਾ ਕਰ ਪੁੱਤ, ਤੇਰਾ ਵਿਆਹ ਜ਼ਰੂਰ ਹੋਏਗਾ, ਕਰਨ ਨਾਲ ਹੀ ਹੋਏਗਾ। ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ। ਕਿੱਧਰ ਨੂੰ ਚੱਲ ਪਏ? ਮੰਮੀ ਨੇ ਤਾਂ ਬੈਠਣ ਨੂੰ ਕਿਹਾ ਸੀ। ਥੋੜੇ ਪਰੇਸ਼ਾਨ ਲੱਗ ਰਹੇ ਸੀ ਕਿ ਨਹੀਂ? ਡੈਡ, ਡੈਡ, ਡੈਡ ਕਿੱਥੇ ਹੋ? ਡੈਡ ਪੜਾਕੇ ਪੈ ਗਏ, ਪੜਾਕੇ। ਕਰਨ ਦੇ ਮੰਮੀ ਪਾਪਾ ਨੇ ਦਹੇਜ ਮੰਗ ਲਿਆ, ਉਹ ਵੀ ਧਰਮ ਸਿੰਘ ਕੋਲੋਂ। ਆਪਣੀ ਚਾਲ ਕਾਮਯਾਬ ਹੋ ਗਈ? ਨਹੀਂ ਪੁੱਤ, ਨਹੀਂ, ਹਲੇ ਚਾਲ ਕਾਮਯਾਬ ਨਹੀਂ ਹੋਈ ਹੈ, ਅਸਲੀ ਪੜਾਕੇ ਤਾਂ ਹਲੇ ਪੈਣੇ। ਉਹ ਡੈਡ ਸਮਝੋ ਪੈ ਗਏ,
ਉਹਨਾਂ ਨੇ ਦਹੇਜ ਮੰਗ ਲਿਆ, ਧਰਮ ਸਿੰਘ ਨੇ ਮਨਾ ਕਰ ਦੇਣਾ, ਵਿਆਹ ਟੁੱਟ ਜਾਣਾ। ਨਹੀਂ ਪੁੱਤ, ਮੈਂ ਧਰਮ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ, ਉਹ ਕਿਸੇ ਵੀ ਹਾਲਤ ਦੇ ਵਿੱਚ ਵਿਆਹ ਟੁੱਟਣ ਨਹੀਂ ਦੇਗਾ। ਫਿਰ ਸਾਡੀ ਚਾਲ ਲੱਗੀ ਫਾਇਦਾ, ਕਰਨ ਦੇ ਮੰਮੀ ਪਾਪਾ ਨੂੰ ਦਹੇਜ ਮਿਲ ਜਾਣਾ, ਜੇਬ ਗਰਮ ਹੋ ਜਾਣੀ ਹੈ, ਉੱਪਰੋਂ ਪ੍ਰੀਤ ਵੀ ਮਿਲ ਜਾਣੀ ਹੈ, ਸਾਡੇ ਪੱਲੇ ਕੀ ਪਿਆ ਚਿੱਕੂ। ਪੁੱਤ, ਇਸ ਵਾਰ ਮੈਂ ਚਾਲ ਬਹੁਤ ਡੂੰਘੀ ਪਾਈ ਹੈ, ਇਹਦਾ ਤੈਨੂੰ ਬਾਅਦ 'ਚ ਪਤਾ ਲੱਗਣਾ। ਡੈਡ ਸਮਝ ਨਹੀਂ। ਬਸ ਪੁੱਤ, ਤੂੰ ਇੰਨਾ ਸਮਝ ਲੈ ਕਿ ਜੋ ਕੁਛ ਵੀ ਹੋ ਰਿਹਾ ਹੈ ਇਹ ਮੇਰੀ ਚਾਲ ਮੁਤਾਬਕ ਹੀ ਹੋ ਰਿਹਾ। ਕਮਲਾ, ਖਿਚੜੀ ਬਣਾਈ ਜਰਾ, ਦੇਸੀ ਘੀ ਪਾ ਕੇ ਆਇਆ ਮੈਂ। ਇਹਨਾਂ ਨੂੰ ਆਪਣੀ ਖਿਚੜੀ ਦੀ ਪਈ ਹੈ, ਮੇਰੀ ਦਾਲ ਦੀ ਕੋਈ ਪਰਵਾਹ ਨਹੀਂ, ਜਿਹੜੀ ਗਲਣ ਦਾ ਨਾਂ ਨਹੀਂ ਲੈ ਰਹੀ। ਕੀ ਕਰਾਂ ਮੈਂ, ਜਿਹਨਾਂ ਦੀ ਮੰਗ ਪੂਰੀ ਨਹੀਂ ਕਰਦਾ ਤਾਂ ਇਹ ਰਿਸ਼ਤਾ ਟੁੱਟ ਜਾਣਾ, ਜੇ ਕਰਦਾ ਤਾਂ ਇਹ ਗਲਤ। ਇੱਕ ਪਾਸੇ ਮੇਰੇ ਅਸੂਲ ਨੇ ਤੇ ਦੂਜੇ ਪਾਸੇ ਪ੍ਰੀਤ ਦੀ ਖੁਸ਼ੀ ਹੈ, ਹੁਣ ਕਰਾਂ ਤਾਂ ਕੀ ਕਰਾਂ। ਪੈਸੇ ਤਾਂ ਮੈਂ ਦੇ ਦਿਆਂਗਾ, ਗੱਲ ਇਹ ਸਿਰਫ ਪੈਸਿਆਂ ਦੀ ਨਹੀਂ ਹੈ, ਪਰ ਇਹਨਾਂ ਮੰਗਣ ਵਾਲਿਆਂ ਦੇ ਮੂੰਹ ਕਦੇ ਬੰਦ ਨਹੀਂ ਹੁੰਦੇ। ਗੱਲ ਇਹ ਹੈ ਕਿ ਕੀ ਉਹ ਇੰਨੇ ਪੈਸੇ ਲੈ ਕੇ ਪ੍ਰੀਤ ਨੂੰ ਖੁਸ਼ ਰੱਖਣਗੇ। ਹੇ ਰੱਬਾ, ਮੈਂ ਫਸ ਗਿਆ, ਕੀ ਕਰਾਂ। ਇਹ ਜ਼ਿੰਮੇਦਾਰੀ ਮੇਰੇ ਆਪਣੇ ਸਿਰ ਹੈ। ਕਰਨਾ ਤਾਂ ਮੈਨੂੰ ਇਕੱਲੇ ਨਾਲ ਪੈਣਾ, ਇਹਦੇ ਬਾਰੇ ਤਾਂ ਮੈਂ ਕਿਸੇ ਨਾਲ ਸਲਾਹ ਵੀ ਨਹੀਂ ਕਰ ਸਕਦਾ, ਪਰ ਹੁਣ ਕਰਾਂ ਤਾਂ ਕੀ ਕਰਾਂ। ਜਸਮੀ ਜੀ, ਮੈਂ ਥੋੜ੍ਹੇ ਪਰੇਸ਼ਾਨ ਜਿਹੇ ਲੱਗ ਰਹੇ ਨੇ ਯਾਰ, ਤੂੰ ਜਾ ਕੇ ਆਉਣਾ, ਇੱਕ ਵਾਰ ਪੁੱਛਦਾ ਸੀ ਕੀ ਗੱਲ ਹੈ। ਮੈਨੂੰ ਵੀ ਕੀ ਪਤਾ, ਉਹ ਮੈਨੂੰ ਦੱਸਣਗੇ ਕਿ ਨਹੀਂ, ਤੁਸੀਂ ਜਾਓ। ਮੇਰੇ ਨਾਲ ਤਾਂ ਸਿੱਧੇ ਮੂੰਹ ਗੱਲ ਨਹੀਂ ਕਰਦੇ, ਤੂੰ ਜਾ ਕੇ ਇੱਕ ਵਾਰ ਇੱਕ ਵਾਰ ਗੱਲ ਤਾਂ ਕਰਕੇ ਆਣਾ, ਜਾ। ਚਲੋ ਚਲੋ ਠੀਕ ਹੈ, ਮੈਂ ਜਾਂਦੀ ਹਾਂ। ਡੈਡੀ ਜੀ, ਕੀ ਹੋਇਆ, ਕੁਛ ਪਰੇਸ਼ਾਨ ਜਿਹਾ ਲੱਗ ਰਹੇ ਹੋ। ਪਰੇਸ਼ਾਨੀ? ਨਹੀਂ ਨਹੀਂ, ਮੈਂ ਠੀਕ ਹਾਂ, ਤੁਹਾਨੂੰ ਕਿਹਨੇ ਕਿਹਾ ਪੁੱਤ ਮੈਂ ਪਰੇਸ਼ਾਨ ਹਾਂ? ਤੁਹਾਨੂੰ ਦੇਖ ਕੇ ਕੋਈ ਵੀ ਕਹਿ ਸਕਦਾ ਹੈ ਕਿ ਤੁਸੀਂ ਪਰੇਸ਼ਾਨ ਹੋ, ਜੇ ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਮੈਨੂੰ ਦੱਸੋਗੇ ਨਹੀਂ? ਜੈਸ ਪੁੱਤਰ, ਇਹੋ ਜਿਹੀ ਕੋਈ ਗੱਲ ਨਹੀਂ। ਫਿਰ ਬੇਟਾ, ਜ਼ਿੰਦਗੀ ਦੇ ਵਿੱਚ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਨੇ, ਆਪੇ ਠੀਕ ਹੋ ਜਾਣਗੀਆਂ, ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਅੱਛਾ, ਜੇ ਕੋਈ ਪਰੇਸ਼ਾਨੀ ਨਹੀਂ ਹੈਗੀ, ਕੋਈ ਗੱਲ ਨਹੀਂ ਹੈਗੀ, ਤਾਂ ਜਾ ਕੇ ਸੌਂ ਕਿਉਂ ਨਹੀਂ ਜਾਂਦੇ? ਆ ਮੈਂ 15 ਲੱਖ ਰੁਪਇਆ ਲੈ ਕੇ ਆਇਆ।
ਬਾਕੀ ਦੇ ਪੈਸਿਆਂ ਦਾ ਇੰਤਜ਼ਾਮ ਮੈਂ ਵਿਆਹ ਤੋਂ ਪਹਿਲਾਂ ਪਹਿਲਾਂ ਕਰ ਦਾਂਗਾ ਜੀ। ਮਾਫ਼ ਕਰਨਾ ਤਰਨ ਸਿੰਘ, ਪੈਸੇ ਤਾਂ ਸਾਰੇ ਸਾਨੂੰ ਪਹਿਲਾਂ ਹੀ ਚਾਹੀਦੇ। ਮੈਂ ਨਹੀਂ ਚਾਹੁੰਦਾ ਕਿ ਬਾਅਦ ਵਿੱਚ ਕੋਈ ਆਪਸ ਐਸ ਵੈਸੀ ਗੱਲ ਹੋਵੇ। ਪੁਲੀ ਸਾਹਿਬ, ਗੱਲ ਕੀ ਹੋਣੀ ਹੈ, ਤੁਸੀਂ ਫਿਕਰ ਨਾ ਕਰੋ, ਮੈਂ ਵਿਆਹ ਤੋਂ ਪਹਿਲਾਂ ਪਹਿਲਾਂ ਪੈਸੇ ਦੇ ਦਿਆਂਗਾ। ਸੋਰੀ ਭਾਜੀ, ਆਪਾਂ ਨੂੰ ਸਾਰੇ ਪੈਸੇ ਤਰੀਕ ਪੱਕੀ ਹੋਣ ਤੋਂ ਪਹਿਲਾਂ ਚਾਹੀਦੇ। ਤਨ ਵੇ